ਹੈਲੋ एवरीवन वेलकम टू ऑल ਇਨ ਯਰ ओन ਚੈਨਲ ਲਰਨ एवरीथिंग ਸੋ ਆਪਾਂ ਘਰੇ ਸੀ ম্যাট্রিক্স ਐਂਡ ਡਿਟਰਮিনੈਂਟ ਉਹਦੇ ਵਿੱਚ ਮੈਂ ਤੁਹਾਨੂੰ ਰੈਂਕ ਬਾਰੇ ਸਮਝਾਇਆ ਸੀ ਅਸੀਂ ਹੁਣ ਇਸ ਵੀਡੀਓ ਦੇ ਵਿੱਚ ਰੈਂਕ ਦੇ ਕੁਝ ਐਮਸੀਕਿਊ ਸੋਲਵ ਕਰਾਂਗੇ ਪਲੱਸ ਮੈਂ ਤੁਹਾਨੂੰ ਇੱਕ ਕਨਸੈਪਟ ਵੀ ਕਰਵਾਵਾਂਗੀ ਜੋ ਆਪਾਂ ਸੋਲਿਊਸ਼ਨ ਆਫ ਇਕੁਏਸ਼ਨਸ ਕੀਤੀਆਂ ਸੀ ਨਾ ਜਿਹਦੇ ਵਿੱਚ ਆਪਾਂ ਕੰਸਿਸਟੈਂਟ ਇਨਕੰਸਿਸਟੈਂਟ ਯੂਨਿਕ ਸੋਲੂਸ਼ਨਸ ਵਗੈਰਾ ਦੇਖਦੇ ਸੀਗੇ ਉਹ ਆਪਾਂ ਰੈਂਕ ਦੇ ਥਰੂ ਵੀ ਕਰਾਂਗੇ ਠੀਕ ਹੈ ਸੋ ਉਹ ਵੀ ਮੈਂ ਤੁਹਾਨੂੰ ਕਨਸੈਪਟ ਜਿਹੜਾ ਇੱਥੇ ਕਲੀਅਰ ਕਰਵਾ ਦਵਾਂਗੀ ਠੀਕ ਆਪਾਂ ਕਨਸੈਪਟ ਕਲੀਅਰ ਕਰਾਂਗੇ ਤੇ ਉਹਦੇ ਵੀ ਨਾਲ ਐਮਸੀਕਿਊਜ਼ ਦੇਖਾਂਗੇ ਫਰਸਟ ਆਪਾਂ ਜੋ ਪਿੱਛੇ ਕਨਸੈਪਟ ਕੀਤਾ ਉਹਦੇ ਐਮਸੀਕਿਊਜ਼ ਦੇਖਦੇ ਹਾਂ ਓਕੇ ਸੋ ਫਰਸਟ ਇਸ ਅ ਨੰਬਰ r ਵਿਦ ਦਾ ਫੋਲੋਇੰਗ ਪ੍ਰੋਪਰਟیز ਇੱਕ ਨੰਬਰ r ਉਹਦੀਆਂ ਕੁਝ ਪ੍ਰੋਪਰਟੀਆਂ ਹੈਗੀਆਂ ਪਹਿਲੀ ਪ੍ਰੋਪਰਟੀ ਕੀ ਹੈ देयर इज ਐਟ ਲੀਸਟ 1 ਮਾਈਨਰ ਆਫ ਆਰਡਰ ਆਰ ਆਫ ਏ ਵਿਚ ਡਸ ਨਾਟ ਵੈਨਿਸ਼ ਮਤਲਬ ਐਟ ਲੀਸਟ ਇੱਕ ਮਾਈਨਰ ਹੈਗਾ ਆਰਡਰ ਆਰ ਦਾ ਆਫ ਏ ਵਿਚ ਡਸ ਨਾਟ ਵੈਨਿਸ਼ ਜਿਹੜਾ ਵੈਨਿਸ਼ ਨਹੀਂ ਹੋ ਰਿਹਾ ਤੇ ਐਵਰੀ ਮਾਈਨਰ ਆਫ ਆਰਡਰ ਆਰ ਪਲੱਸ 1 ਆਫ ਏ ਇਜ਼ ਵੈਨਿਸ਼ ਤੇ ਹਰ ਉਸ ਤੋਂ ਉੱਪਰ ਵਾਲਾ ਜਿਹੜਾ ਆਰ ਪਲੱਸ 1 ਵਾਲਾ ਹੈਗਾ ਆ ਮਾਈਨਰ ਆਫ ਉਸ ਆਰਡਰ ਦਾ ਮਾਈਨਰ ਆਫ ਆਰਡਰ ਆਰ ਪਲੱਸ 1 ਦਾ ਉਹ ਵੈਨਿਸ਼ ਹੋ ਰਿਹਾ ਉਹ ਫਿਰ ਠੀਕ ਹੈ ਸੋ ਇਹਨੂੰ ਕੀ ਕਹਿੰਦੇ ਆ ਫਿਰ ਕੀ ਕਵਾਂਗੇ ਆਪਾਂ ਜੇ ਤੁਹਾਨੂੰ ਡੈਫੀਨੇਸ਼ਨ ਯਾਦ ਹੋਵੇ ਨਾ ਜਦੋਂ ਮੈਂ ਕਨਸੈਪਟ ਤਾਂ ਨਹੀਂ ਬੋਲਿਆ ਤੇ ਤੁਹਾਡੇ ਲਈ ਡੈਫੀਨੇਸ਼ਨ ਵੀ ਇਸ ਐਮਸੀਕਿਊਸ ਤੋਂ ਕਲੀਅਰ ਹੁੰਦੀ ਐ ਐਮਸੀਕਿਊ ਤੋਂ ਪੂਰਾ ਕਨਸੈਪਟ ਵੀ ਕਲੀਅਰ ਹੁੰਦਾ ਸੋ ਕੀ ਆਏਗਾ ਦਾ ਆਪਸ਼ਨ ਨੰਬਰ A ਰੈਂਕ ਰੈਂਕ ਹੀ ਸੀ ਜਿਹੜਾ ਐਟ ਲੀਸਟ 1 ਮਾਈਨਰ ਆਰਡਰ ਆਫ ਆਰ ਹੁੰਦਾ ਆਰਡਰ ਆਰ ਹੁੰਦਾ ਆਫ A ਦਾ ਵਿੱਚ ਡਸ ਨਾਟ ਵੈਨਿਸ਼ ਤੇ ਉਸ ਤੋਂ ਉੱਪਰ ਵਾਲੇ ਜਿਹੜੇ ਆ ਉਹ ਵੈਨਿਸ਼ ਹੁੰਦੇ ਸੋ ਆਨਸਰ ਕੀ ਆ ਜਾਏਗਾ ਆਪਸ਼ਨ A ਰੈਂਕ ਕਲੀਅਰ ਨੈਕਸਟ ਇੱਕ A ਮੈਟ੍ਰਿਕਸ ਹੈਗੀ ਆ ਆਰਡਰ ਹੈਗਾ ਇਹਦਾ M ਕ੍ਰਾਸ N ਸੋ ਇੱਕ ਮੈਟ੍ਰਿਕਸ ਹੈਗੀ ਆਫ ਆਰਡਰ m x n which of the following is true ਹੁਣ ਇਹਦੇ ਵਿੱਚ ਕਿਹੜਾ ਟਰੂ ਹੋਏਗਾ ਫਸਟ ਰੈਂਕ ਆਫ a ਕੀ ਲੈਸ ਥੈਨ ਇਕੁਅਲ ਟੂ ਹੋਏਗਾ ਮਿਨੀਮਮ ਆਫ mn ਜਾਂ ਫਿਰ ਗ੍ਰੇਟਰ ਥੈਨ ਹੋਏਗਾ ਤੁਹਾਨੂੰ ਵੀ ਪਤਾ ਹੈ ਜਿਹੜਾ ਰੈਂਕ ਆ ਜਾਂ ਤਾਂ ਫਿਰ ਉਹ ਜਿੰਨੀ ਮੈਟ੍ਰਿਕਸ ਦਾ ਆਰਡਰ ਹੈਗਾ ਲੈਟਸ 3 x 3 ਦੀ ਹੈਗੀ ਜਾਂ ਤਾਂ ਉਹਨਾ ਹੋਏਗਾ ਜਾਂ ਉਹ ਤੋਂ ਘੱਟ ਹੋਏਗਾ ਉਹ ਲਈ ਲਗ ਲਗ ਆਪਾਂ ਕੰਡੀਸ਼ਨਸ ਤਾਂ ਕਰ ਹੀ ਆਏ ਆ ਠੀਕ ਹੈ ਨਾ ਸਦਾ ਆਪਸ਼ਨ ਨੰਬਰ ਕੀ ਆ ਜਾਏਗਾ a ਜਾਂ ਲੈਸ ਥੈਨ ਜਾਂ ਇਕੁਅਲ ਟੂ ਹੋਏਗਾ ਨੈਕਸਟ ਕੁਐਸਚਨ ਦੇਖੋ a is a non singular matrix a ਤੁਹਾਡੇ ਕੋਲ ਇੱਕ non singular matrix ਹੈਗੀ non singular ਤਾਂ ਪਤਾ ਹੈ ਨਾ ਡਿਟਰਮੀਨੈਂਟ a not equal to 0 then ਰੈਂਕ ਕੀ ਹੁੰਦਾ ਮੰਨ ਲਓ ਇਹ ਜਿਹੜੀ matrix ਹੈ ਨਾ a ਜਿਹੜਾ ਮੈਂ ਡਿਟਰਮੀਨੈਂਟ not equal to 0 ਲਿਖਿਆ ਇਹਦਾ ਆਰਡਰ ਹੈਗਾ n ਤੇ ਤੁਹਾਨੂੰ ਮੈਂ ਦੱਸਿਆ ਸੀ ਕਿ ਜਦੋਂ ਆਪਾਂ ਰੈਂਕ ਕੀਤਾ ਸੀ ਕਿ ਜੇ non singular ਹੈਗੀ ਹੈ ਡਿਟਰਮੀਨੈਂਟ not equal to 0 ਆ ਗਿਆ then ਉਹਦਾ ਆਰਡਰ ਹੀ ਉਹਦਾ ਕੀ ਹੁੰਦਾ ਰੈਂਕ ਹੁੰਦਾ ਸੋ অপਸ਼ਨ a ਕੀ ਹੋ ਜਾਏਗਾ கரੈਕਟ ਹੋ ਜਾਏਗਾ ਐਦਾਂ ਕੁਐਸਚਨ ਆਉਂਦੇ ਆ ਤੁਹਾਨੂੰ ਪੇਪਰਸ ਨੈਕਸਟ ਫਾਈਂਡ ਦਾ ਰੈਂਕ ਇਹਦਾ ਰੈਂਕ ਫਾਈਂਡ ਆਊਟ ਕਰਨਾ ਹੁਣ ਦੇਖੋ ਇਹ ਹੈਗਾ ਯਾ 2x3 ਦੀ ਮੈਟ੍ਰਿਕਸ ਕਿਉਂਕਿ 2 ਰੋਜ਼ ਹੈਗੀਆਂ ਨੇ 3 ਕਾਲਮ ਹੈਗੇ ਨੇ ਸੋ 2x3 ਦੀ ਸਾਡੇ ਕੋਲੇ ਇਹ ਕੀ ਹੋ ਗਈ ਮੈਟ੍ਰਿਕਸ ਤਾਂ ਆਪਾਂ ਦਾ ਸੇਮ ਆਰਡਰ ਲੈਣਾ ਹੁੰਦਾ ਨਾ ਸੋ ਇੱਥੋਂ 2x2 ਦੀ ਕੋਈ ਚੱਕ ਲਓ ਠੀਕ ਹੈ ਉਹ ਤੇ ਡਿਟਰਮੀਨੈਂਟ ਚੈੱਕ ਕਰ ਲਓ 0 2 ਦਾ 0 1 ਸੋ ਡਿਟਰਮੀਨੈਂਟ a ਨਾਟ ਇਕੁਅਲ ਟੂ 0 ਆਇਆ ਨਾ 2x2 ਲਿਕ ਦੈਟ ਮੀਨਸ ਇਹਦਾ ਹੁਣ ਆਰਡਰ ਕੀ ਹੋ ਜਾਏਗਾ ਰੈਂਕ ਕੀ ਹੋ ਜਾਏਗਾ 2 ਸਿੰਪਲ ਆ ਤੁਸੀਂ ਕੀ ਕਰਨਾ ਉਹਦੇ ਵਿੱਚ ਕੋਈ ਮਾਈਨਰ ਚੱਕ ਲਿਆ ਠੀਕ ਹੈ 2x2 ਦੇ ਚੱਕਰ ਇਧਰ ਚੱਕਨਾ ਇਧਰ ਚੱਕਨਾ ਇਧਰ ਚੱਕਨਾ ਇਧਰ ਚੱਕ ਜਿੱਧਰੋ ਵੀ ਤੁਸੀਂ ਤੁਹਾਨੂੰ ਵਧੀਆ ਲੱਗਦਾ ਇਧਰ ਕਰਨਾ ਇਧਰ ਕਰ ਲੋ 2 1 ਦਾ -2 -0 1 ਦਾ 0 ਸੋ ਤਾਂ ਵੀ ਸਾਡੇ ਕੋਲ ਕੋਈ ਨਾ ਕੋਈ ਆਨਸਰ ਆ ਗਿਆ दैट इज नॉट इक्वल टू 0 दैट मींस इज द ਰੈਂਕ ਕੀ ਹੋ ਜਾਏਗਾ 2 ਸੋ ਇਹ ਆਪਾਂ ਕ ਸੰਤ ਤੱਕ ਆफी ਪ੍ਰੈਕਟਿਸ ਕੀਤੀ ਹੈ ਓਲਰੇਡੀ ਨੈਕਸਟ ਇਹ ਵਾਲਾ ਕੁਸ਼ਰ ਆਂਦੋ ਇਹ ਵਾਲਾ ਕਰਦੇ ਆਪਾਂ ਇਹ ਦੇਖੋ ਫਾਈਂਡ ਦਾ ਰੈਂਕ ਇਹਦਾ ਪਤਾ ਕਰਨਾ i4 ਦਾ ਰੈਂਕ ਪਤਾ ਕਰਨਾ ਤੁਸੀਂ ਹੁਣ ਦੇਖੋ ਰੈਂਕ ਪਤਾ ਨਹੀਂ ਵੀ ਦੱਸਿਆ ਸੀ ਨਾ ਕਿੰਨੀਆਂ ਨੋਨ ਜ਼ੀਰੋ ਰੋਜ਼ ਹੈਗੀਆਂ ਨੇ ਜਾਂ ਡਾਟ ਜ਼ੀਰੋ ਕਾਲਮ ਹੈਗੇ ਨੇ ਹੁਣ ਕਿਸੇ ਵੀ ਤਰ੍ਹਾਂ ਤੁਸੀਂ ਹੋਰ ਜ਼ੀਰੋਸ ਤਾਂ ਇੱਥੇ ਬਣਾ ਨਹੀਂ ਸਕਦੇ ਹੋ 1 2 3 4 ਕਿੰਨੀਆਂ ਨੋਨ ਜ਼ੀਰੋ ਰੋਜ਼ ਹੈਗੀਆਂ ਨੇ 400 ਰੈਂਕ ਕੀ ਹੋ ਜਾਏਗਾ ਦਾ 4 ਹੋ ਜਾਏਗਾ ਕਲੀਅਰ ਨੈਕਸਟ ਇਹ ਦੇਖੋ ਰੈਂਕ ਆਫ ਮੈਟ੍ਰਿਕਸ ਪਹਿਲਾਂ ਐਕਲਨ ਫਾਰਮਸ ਵੀ ਕੀਤਾ ਇਸ ਜਿੰਨੀਆਂ ਜ਼ੀਰੋ ਬਣਾਉਣੀਆਂ ਬਣਾ ਲਓ ਇਹਦੇ ਵਿੱਚੋਂ ਤੁਸੀਂ ਇਹਨੂੰ ਮਾਈਨਸ ਕਰੋਗੇ ਜ਼ੀਰੋ ਬਣ ਜਾਏਗਾ ਇਹਨੂੰ ਇਹਦੇ ਮਾਈਨਸ ਕਰੋਗੇ ਆਪਰੇਸ਼ਨ ਲਗਾ ਦਿਓ r1 ਤੇ आर वन से ऑपरेस ला दिए आर वन माइनस आर टू आर टू तो ला दिए आर टू माइनस आर थ्री आर थ्री से ला दिए आर थ्री माइनस फोर एटलीस्ट एक तो बच जाएगी ना लास्ट से उसका रैंक कितना हो जाएगा वन बाकी तो जीरो बन जानी है ना इनू एच माइनस करोगे इन माइनस करोगे इस माइनस करोगे सारे जीरो बन है इन माइनस करा के लास्ट से एक बच जाएगी सो so रैक मतलब एको रो बच गई है दैट रो रैंक भी वन आ दैट मीनस रैंक भी वन हैगा फाइंड द रैंक ऑफ मैट्रिक्स ए यदा तो मैट्रिक्स का रैंक पता करना फोर वन द फोर आ गया साढ़े को -2 2 ਦਾ 4 0 ਆ ਗਿਆ so that means rank 2 ਦਾ ਹੋ ਹੀ ਸਕਦਾ ਫੇ ਕੀ ਬਚੀ ਇੱਕ ਰੋ ਹੀ ਬਚ ਗਈ so rank 2 ਨਾ ਆ ਜਾਏਗਾ 1 clear ਹੈ ਨਾ ਤੁਹਾਨੂੰ ਮੈਂ ਕਰਵਾਏ ਹੋਏ ਇਦਾਂ ਦੇ ਸਮ ਇਸ ਜਸਟ ਅ ਪ੍ਰੈਕਟਿਸ ਹੋ ਰਹੀ ਹੈ ਇਹ ਫਾਰ ਇਸ ਦਾ ਰੈਂਕ m ਕ੍ਰਾਸ n ਮੈਟ੍ਰਿਕਸ ਹੈ देन ਨੰਬਰ ਆਫ ਲੀਨਿਅਰਲੀ ਇੰਡੀਪੈਂਡੈਂਟ ਹਾਂਜੀ ਲੀਨਿਅਰਲੀ ਇੰਡੀਪੈਂਡੈਂਟ ਸੋਲੂਸ਼ਨ ਕਿੰਨੇ ਹੁੰਦੇ ax 0 ਲਈ ਬਹੁਤ ਇੰਪੋਰਟੈਂਟ ਹੈ n r ਯਾਦ ਰੱਖਣਾ ਬਹੁਤ ਜ਼ਿਆਦਾ ਇੰਪੋਰਟੈਂਟ ਹੈਗਾ ਨੈਕਸਟ ਇਹ ਵਾਲਾ ਕਨਸੈਪਟ ਅਪਾ ਹੁਣ ਸਮਝਣਾ ਵੀ ਹੈ ਤੇ ਬਾਅਦ ਇਹਦੇ mcqs ਵੀ ਕਰਨੇ ਆ ਇਹ ਵਾਲਾ ਸਾਡੇ ਕੋ ਰੈਂਕ ਦੇ ਵਿੱਚ ਰਹਿ ਗਿਆ ਸੀਗਾ ਸੋਲਿਊਸ਼ਨ ਆਫ ਸਿਸਟਮ ਆਫ ਲੀਨੀਅਰ ਇਕੁਏਸ਼ਨ ਬਾਏ ਰਿਡਿਊਸਿੰਗ ਇਨ ਦਾ ਐਕਲਨ ਫਾਰਮ ਸੋਲਿਊਸ਼ਨ ਪਤਾ ਕਰਾਂਗੇ ਆਪਾਂ ਸਿਸਟਮ ਆਫ ਲੀਨੀਅਰ ਇਕੁਏਸ਼ਨਸ ਦਾ ਠੀਕ ਹੈ ਉਹਨੂੰ ਰਿਡਿਊਸ ਕਰਕੇ ਐਕਲਨ ਫਾਰਮ ਦੇ ਵਿੱਚ ਸੋ ਇਹ ਪਹਿਲਾਂ ਤੁਹਾਨੂੰ ਇੱਕ ਦਿੱਤੀਆਂ ਹੋਈਆਂ ਇਕੁਏਸ਼ਨਸ a1x a11x1 a12x2 ਅਪ ਟੂ soon a1nxn bn ਇਹ ਦਿੱਤਾ ਹੋਇਆ ਇਹਦੀ ਰਿਪਰੈਜ਼ੈਂਟੇਸ਼ਨ ਕਰ ਦਿੱਤੀ ਆਪਾਂ ਇਹਦਾ ਇਹਦਾ ਤੁਹਾਨੂੰ ਪਤਾ ਆ ਨਾ ਇਹਦਾ ਰਿਪਰੈਜ਼ੈਂਟੇਸ਼ਨ ਆਪਾਂ ਕਰ ਦਿੰਨੇ ਆ ਸੋ AX ਇਕੁਅਲ ਟੂ B ਯਾਦ ਹੋਵੇ ਤੁਹਾਨੂੰ ਕੋਫੀਸ਼ੀਐਂਟ ਮੈਟ੍ਰਿਕਸ ਸੀਗੀ A ਕੋਫੀਸ਼ੀਐਂਟ ਮੈਟ੍ਰਿਕਸ ਸੀਗੀ ਠੀਕ ਹੈ ਨਾ ਇਹ ਸਾਰਾ ਕੁਝ ਮੈਂ ਕਰਵਾ ਚੁੱਕੀ ਹਾਂ ਤੁਹਾਨੂੰ ਸੋ ਉਦੋਂ ਬਟ ਆਪਾਂ ਹੋਰ ਤਰੀਕੇ ਨਾਲ ਕੀਤਾ ਸੀ ਆਈ ਥਿੰਕ ਆਡ ਜੁਆਇੰਟ ਤੋਂ ਦੇਖਿਆ ਸੀਗਾ ਹੁਣ ਆਪਾਂ ਇਸ ਤੋਂ ਦੇਖਾਂਗੇ ਰੈਂਕ ਤੋਂ ਕੀਤਾ ਫਾਈਂਡ ਆਊਟ ਕਰਦੇ ਇਹ ਤੁਹਾਡੇ ਕੋਲ ਕਾਲਮ ਮੈਟ੍ਰਿਕਸ ਸੀਗੀ B ਸਾਡੇ ਕੋਲ ਕਨਸਟੈਂਟ ਮੈਟ੍ਰਿਕਸ ਸੀਗੀ ਠੀਕ ਹੈ ਤੇ ਜਦੋਂ ਆਪਾਂ C ਇਜ਼ ਇਕੁਅਲਸ ਟੂ A B ਇਦਾਂ ਲਿਖਦੇ ਆ ਨਾ ਇਹ ਤੇ B ਇਹਨੂੰ ਆਪਾਂ ਆਗੂਮੈਂਟਡ ਮੈਟ੍ਰਿਕਸ ਕਹਿੰਦੇ ਆ ਆਗਮੈਂਟਡ ਮੈਟ੍ਰਿਕਸ ਜਿਹੜੀ ਨਵੀਂ C ਬਣੀ A ਤੇ ਤੁਸੀਂ ਡਾਟ ਪਾ ਕੇ b ਲਿਖ ਲਿਆ ਮਤਲਬ a ਮੈਟ੍ਰਿਕਸ ਲਿਖ ਰਹੇ ਹੋ ਤੇ ਨਾਲ b ਮੈਟ੍ਰਿਕਸ ਲਿਖ ਰਹੇ ਹੋ ਹੁਣ ਦਾ ਰੈਂਕ ਆਫ ਆਗਮੈਟ੍ਰਿਕ ਆਗਮੈਂਟਡ ਮੈਟ੍ਰਿਕਸ c ਕੈਨ ਨਾਟ ਬੀ ਲੈਸਰ ਥੈਨ ਦਾ ਰੈਂਕ ਆਫ a ਮਤਲਬ ਕੀ ਜਿਹੜੀ a ਮੈਟ੍ਰਿਕਸ ਆ ਨਾ ਇਹਦਾ ਰੈਂਕ a ਤੋਂ ਘੱਟ ਨਹੀਂ ਹੋ ਸਕਦਾ ਬਿਕਾਜ਼ ਐਵਰੀ ਸਬ ਮੈਟ੍ਰਿਕਸ ਆਫ a ਇਜ਼ ਆਲਸੋ ਸਬ ਮੈਟ੍ਰਿਕਸ ਆਫ b ਮਤਲਬ ਹਰ a ਦਾ ਸਬ ਮੈਟ੍ਰਿਕਸ b ਦਾ ਵੀ ਹੈਗਾ ਇਸ ਟਾਈਮ ਇਸ ਲਈ ਰੈਂਕ ਪਹਿਲੇ ਤਾਂ ਗੱਲ ਇਹ ਪਤਾ ਹੋਣੀ ਚਾਹੀਦੀ ਹੈ ਕੁਐਸਚਨ ਵਿੱਚ ਤੋਂ ਫੋਟੋ ਸਦਾ ਕਿਹਦਾ ਰੈਂਕ ਇਤੋਂ ਘੱਟ ਉਸਦਾ ਜ਼ਿਆਦਾ ਹੋ ਸਕਦਾ ਜਾਂ ਕਿਦਾਂ ਠੀਕ ਹੈ ਸੋ ਉਸ ਤੋਂ ਦੇਖੋ ਕ੍ਰਾਈਟੇਰੀਆ ਆਫ ਸਿਸਟਮ ਆਫ ਨੋਨ ਹੋਮੋਜੀਨियस ਪਹਿਲਾਂ ਨੋਨ ਹੋਮੋਜੀਨियस ਲਈ ਦੇਖਦੇ ਆ ਰੈਂਕ ਆਫ ਸੀ ਜਿਹੜੀ ਹੁਣੇ ਸੀ ਬਣਾਈ ਸੀ ਨਾ ਆਪਾਂ ਇਹ ਤੇ ਬੀ ਨੂੰ ਰੱਖ ਕੇ ਉਹ ਵਾਲੀ ਉਹਦਾ ਰੈਂਕ ਜੇ ਰੈਂਕ ਏ ਦੇ ਬਰਾਬਰ ਨਹੀਂ ਆ ਰਿਹਾ ਦੈਨ ਸਿਸਟਮ ਕੀ ਇਨਕੰਸਿਸਟੈਂਟ ਤੇ ਉਹਦੇ ਕੋਈ ਸੋਲੂਸ਼ਨ ਹੋਣਾ ਹੀ ਨਹੀਂ ਪਹਿਲੀ ਗੱਲ ਡਾਇਰੈਕਟ ਪੇਪਰ 'ਚ ਇਹਦਾ ਪੁੱਛਿਆ ਜਾਂਦਾ ਕਿ ਰੈਂਕ ਆਫ ਬੋਲੇਗਾ ਸੀ ਬੋਲ ਦੇਗਾ ਜਾਂ ਏ ਇਦਾਂ ਪਾ ਕੇ ਬੀ ਲਿਖ ਦੇਗਾ ਉਹ ਪੁੱਛੇਗਾ ਦਾ ਰੈਂਕ A ਦੇ ਬਰਾਬਰ ਨਹੀਂ ਆਇਆ ਕੀ ਸਿਸਟਮ ਹੋਏਗਾ ਇਨਕਨਸਿਸਟੈਂਟ ਇਨਕਨਸਿਸਟੈਂਟ ਸੋਲੂਸ਼ਨ ਪੁੱਛੇਗਾ ਸੋ ਇਨਕਨਸਿਸਟੈਂਟ ਇਨਕਨਸਿਸਟੈਂਟ ਕੋ ਸੋਲੂਸ਼ਨ ਉਦਾਂ ਵੀ ਹੁੰਦਾ ਨਹੀਂ No solution ਤੇ ਜੇ ਰੈਂਕ ਆਫ C A ਦੇ ਬਰਾਬਰ ਆ ਜਾਂਦਾ ਤੇ ਬਰਾਬਰ ਨੰਬਰ ਆਫ ਕਿੰਨੇ ਅਨਨੋਸ ਹੈਗੇ ਉਹਦੇ ਬਰਾਬਰ ਆ ਜਨਾਂ ਦੈਨ ਸਿਸਟਮ ਕੋ ਯੂਨੀਕ ਸੋਲੂਸ਼ਨ ਹੈ ਦਾ ਦੂਸਰਾ ਕੇਸ ਰੈਂਕ C ਦਾ ਇਹ ਦੇ ਬਰਾਬਰ ਆ ਗਿਆ ਬਟ ਇਹ ਜਿਹੜਾ ਹੈ ਨੰਬਰ ਆਫ ਜਿੰਨੇ ਅਨਨੋਸ ਸੀਗੇ ਉਹਨਾਂ ਤੋਂ ਘੱਟ ਆਇਆ ਠੀਕ ਹੈ ਤਾ ਸਿਸਟਮ ਕੋ ਇਨਫਾਈਨਾਈਟ ਨੰਬਰ ਆਫ ਸੋਲੂਸ਼ਨ ਹੋਣਗੇ ਰਿਜ਼ਲਟਸ ਯਾਦ ਰੱਖਣੇ ਬਹੁਤ ਇੰਪੋਰਟੈਂਟ ਹੈ ਕਿ ਇਹ ਸਿੰਪਲ ਤਾਂ ਹੈ ਕਿ ਜੇ ਬਰਾਬਰ ਨਹੀਂ ਆਇਆ ਠੀਕ ਹੈ ਨਾ ਦੈਟ ਮੀਨ ਨੋ ਸੋਲੂਸ਼ਨ ਇਨਕਨਸਿਸਟੈਂਟ ਹਾਂਜੀ ਜੇ ਬਰਾਬਰ ਆ ਗਿਆ ਤੇ ਨੰਬਰ ਆਫ ਅਨਨੋਸ ਦੇ ਵੀ ਬਰਾਬਰ ਹੈ ਤਾਂ ਯਾਨੀ ਯੂਨੀਕ ਸੋਲੂਸ਼ਨ ਆਏਗਾ ਉਹ ਦੇਖੋ ਜੇ ਉਹ ਦੋਨੇ ਬਰਾਬਰ ਤਾਂ ਆ ਰਹੀ ਬਟ ਨੰਬਰ ਆਫ ਅਨਨਸ ਤੋਂ ਘੱਟ ਆ ਰਹੀ ਨੇ दैट मींस ਉਹਦੇ ਕੋ ਇਨਫਾਈਨਾਈਟ ਸੋਲੂਸ਼ਨਸ ਹੋਣਗੇ ਨੰਬਰ ਆਫ ਸੋਲੂਸ਼ਨ ਹੋਣਗੇ ਨੈਕਸਟ ਦੇ ਤਾਂ ਸੀਗਾ ਨੋਨ ਹੋਮੋਜੀਨियसਲੀ ਹੁਣ ਇਦੀ ਹੋਮੋਜੀਨियसਲੀ ਦੇਖ ਲੋ ਕਿਦਾਂ ਫਾਈਂਡ ਆਊਟ ਕਰਦੇ ਆ ਅ ਸਿਸਟਮ ਆਫ ਹੋਮੋਜੀਨियस ਇਕੇਸ਼ਨ ਕੈਨ ਆਈਦਰ ਦਾ ਟ੍ਰਾਈਵਲ ਸੋਲੂਸ਼ਨ ਔਰ ਇਨਫਾਈਨਾਈਟ ਨੰਬਰ ਆਫ ਸੋਲੂਸ਼ਨ ਜਾਂ ਤਾਂ ਦੇਖੋ ਕੀ ਹੋਣਗੇ ਬੋਲਦਾ ਪਿਆ ਟ੍ਰਾਈਵਲ ਸੋਲੂਸ਼ਨ ਜਾਂ ਇਨਫਾਈਨਾਈਟ ਨੰਬਰ ਆਫ ਸੋਲੂਸ਼ਨਸ ਹੋਣਗੇ ਦੇਖੋ ਇਫ ਰੈਂਕ ਆਫ a ਬਰਾਬਰ ਆ ਜਾਂਦਾ n ਦੇ ਠੀਕ ਹੈ ਨੰਬਰ ਆਫ ਅਨਨਸ then the system has only the trivial solution or unique solution each unknown equal to zero यदि rank of A बराबर n दिया गया number of unknowns ठीक है then system को की होंगे only the trivial solution होंगे या क्या दोनों unique solution होंगे ठीक है दूसरी ये जे rank काटा गया number of unknowns तो then the system को की होंगे infinite solutions होंगे ਕਲੀਅਰ ਤੇ ਉਹ ਨਾਨ ਟ੍ਰਾਈਬਲ ਸੋਲੂਸ਼ਨ ਹੋਣਗੇ ਬਸ ਇਹ ਇੰਪੋਰਟੈਂਟ ਹੈ ਨੈਕਸਟ ਦੇਖ ਲਓ ਇਹਦੇ ਵਿੱਚ ਇਹਨੂੰ ਲਿਖਣ ਦਾ ਕੁਝ ਹੋਰ ਤਰੀਕਾ ਵੀ ਦੱਸਿਆ ਹੋਇਆ ਸੋਲੂਸ਼ਨ ਆਫ ਸਿਸਟਮ ਆਫ ਲੀਨੀਅਰ ਇਕੁਏਸ਼ਨ ਬਰ ਰੈਂਕ ਮੈਥਡ ਪੀ ਐਕਸ ਇਕੁਅਲ ਟੂ ਕਿਊ ਹੈਗਾ ਜਿੱਦਾਂ ਹੁਣੀ ਆਪਾਂ ਐਕਸ ਇਕੁਅਲ ਟੂ ਬੀ ਲੈ ਰਹੇ ਸੀ ਉਹੀ ਸੇਮ ਹੈਗਾ ਐਨ ਲੀਨੀਅਰ ਇਕੁਏਸ਼ਨਸ ਐਨ ਵੈਰੀਏਬਲਸ ਹੈਗੇ ਨੇ ਫਿਰ ਆਪਾਂ ਸੀਜ਼ ਦਾ ਏ ਵੀ ਲਿਖਦੇ ਇਹਨੂੰ ਪੀ ਕਿਊ ਲਿਖਿਆ ਹੋਇਆ ਉਹੀ ਬਾਰ ਬਾਰ ਦੱਸਿਆ ਮੈਂ ਤੁਹਾਨੂੰ ਬਸ ਇਹ ਦੱਸਣਾ ਕਿ ਜੇ ਰੈਂਕ ਆਫ ਪੀ ਨਾਟ ਇਕੁਅਲ ਟੂ ਰੈਂਕ ਆਫ ਪੀ ਕਿਊ ਹੋਗਾ ਦੈਨ ਦ ਸਿਸਟਮ ਜਿਹੜਾ ਰੈਂਕ ਦੋਨਾਂ ਦਾ ਉਹ ਜਿੰਨੀ ਹੈਗਾ देन ਇਨਕੰਸਿਸਟੈਂਟ ਜੇ ਰੈਂਕ ਕੋ ਪੀ ਇਕੁਅਲ ਟੂ ਰੈਂਕ ਆਫ ਪੀ ਕਯੂ ਹੈਗਾ ਜਾਂ ਲੈਸ ਥੈਨ ਨੰਬਰ ਆਫ ਅਨਨੋਨਸ ਹੈਗਾ ਜਿਹਨੂੰ ਆਪਾਂ ਕੰਸਿਸਟੈਂਟ ਬੋਲਦੇ ਆ ਤੇ ਇਨਫਾਈਨਾਈਟ ਸੋਲੂਸ਼ਨ ਬੋਲਦੇ ਆ ਤੇ ਜੇ ਇਕੁਅਲ ਟੂ ਨੰਬਰ ਆਫ ਅਨਨੋਨਸ ਵੀ ਹੈਗਾ देन ਸਿਸਟਮ ਆਫ ਇਕੁਏਸ਼ਨ ਇਜ਼ ਕੰਸਿਸਟੈਂਟ ਐਂਡ ਹੈਜ਼ ਅ ਯੂਨੀਕ ਸੋਲੂਸ਼ਨ ਉਹੀ ਰਿਵਾਈਜ਼ ਹੋਇਆ ਬਸ a b ਦੀ ਜਗ੍ਹਾ ਤੇ p q ਹੈਗਾ ਫਰਸਟ ਹੈਗਾ r ਆਫ e rank of e equal not equal to ਦੋਨੇ ਬਰਾਬਰ ਨਹੀਂ ਹੈਗੇ ਰੈਂਕ ax equal to b ਲਿਤਾ ਇਹਨੂੰ ਕਵਾਂਗੇ ਕੰਸਿਸਟੈਂਟ ਸਿੰਗੂਲਰ ਇਨਕੰਸਿਸਟੈਂਟ ਜਾਂ ਨਨ ਆਫ ਥੀਸ ਸੋ ਇਹ ਮੈਂ ਇੱਕ ਮੈਥਡ ਦੱਸ ਰਹੀ ਹਾਂ ਪੇਪਰ 'ਚ ਕੁਐਸਚਨ ਕਿੱਦਾਂ ਆ ਸਕਦੇ ਹੈ ਦੱਸ ਸਕਦਾ ਹੈ ਕਿ ਰੈਂਕ ਆਫ e not equal to ਰੈਂਕ ਆਫ ab ਜਿਹੜੀ ਸੇਪਾ c ਬਣਾਈ ਸੀ ਨਾ ਜਾਂ ਹੁਣ ਇੱਥੇ p ਕਿਉ ਜਿਹੜੀ ਆ ਉਹਦੇ ਬਰਾਬਰ ਨਹੀਂ ਹੈਗਾ ਨੋਨ ਹੋਮੋਜੀਨियस ਇਕੁਏਸ਼ਨ 'ਚ ਤਾਂ ਇਦਾਂ ਦੇ ਨੂੰ ਆਪਾਂ ਕੀ ਕਹਿੰਦੇ ਇਨਕੰਸਿਸਟੈਂਟ ਕਲੀਅਰ ਨੈਕਸਟ ਸਿਸਟਮ ਆਫ ਇਕੁਏਸ਼ਨ ਤਾਂ ax equal to b ਇਸ ਕੰਸਿਸਟੈਂਟ ਇਹ ਕੰਸਿਸਟੈਂਟ ਕਦੋਂ ਹੋਏਗਾ ਜਦੋਂ ਰੈਂਕ ਆਫ A ਇਕੁਅਲ ਟੂ ਰੈਂਕ ਆਫ A ਵੀ ਹੋਵੇ ਇਹ ਵੀ ਕੀਤਾ ਹੁਣ ਆਪਾਂ ਸੋ ਇੱਥੇ ਤੁਹਾਨੂੰ ਦੱਸਣ ਦਾ ਇਹ ਤਰੀਕਾ ਹੈ ਮਤਲਬ ਪਰਪਸ ਇਹ ਹੈ ਕਿ ਤੁਹਾਨੂੰ ਪਤਾ ਲੱਗੇ ਕਿ ਕੁਐਸਚਨ ਕਿੱਦਾਂ ਆ ਸਕਦੇ ਨੇ ਨੈਕਸਟ ਪੁਆਇੰਟ ਲੈਂਡਾ ਜਿਹਦੇ ਲਈ ਇਹ ਕੋ ਨੋਨ ਜ਼ੀਰੋ ਸੋਲੂਸ਼ਨ ਹੋਣ ਦੇਖੋ ਲੈਂਡਾ ਫਾਈਂਡ ਆਊਟ ਕਰਨਾ ਹੈਵ ਦਾ ਨੋਨ ਜ਼ੀਰੋ ਸੋਲੂਸ਼ਨ ਉਹ ਲਈ ਕੀ ਕਰੋ ਤੁਸੀਂ ਡਿਟਰਮੀਨੈਂਟ ਇਕੁਅਲ ਟੂ ਕੀ ਰੱਖ ਲਓ ਜ਼ੀਰੋ ਇਹਦਾ ਡਿਟਰਮੀਨੈਂਟ ਲੈ ਕੇ ਇਕੁਅਲ ਟੂ ਜ਼ੀਰੋ ਰੱਖ ਲੈਣਾ ਠੀਕ ਸੇਮ ਹੇਅ ਇੱਥੇ ਵੀ ਤੁਸੀਂ ਇਦਾਂ ਕਰੋਗੇ ਡਿਟਰਮੀਨੈਂਟ ਕਿਹਦੇ ਇਕੁਅਲ ਟੂ ਰੱਖ ਲੈਣਾ ਜ਼ੀਰੋ ਰੱਖ ਲੈਣਾ ਠੀਕ ਹੈ ਤਾਂ ਇਹਦੇ ਵਿੱਚ ਇਹੀ ਬਸ ਬਚਿਆ ਸੀਗਾ ਕਿ ਸੋਲੂਸ਼ਨ ਵਾਲਾ ਇਹਦੀਆਂ ਡਾਇਰੈਕਟ ਕੰਡੀਸ਼ਨਸ ਜਿਹੜੀਆਂ ਪੁੱਟ ਕੀਤੀਆਂ ਜਾ ਸਕਦੀਆਂ ਬਾਕੀ ਤੁਸੀਂ ਇਹਦੇ ਹੋਰ ਕੁਐਸ਼ਨਸ ਜਿਹੜੇ ਆ ਉਹ ਕਰ ਲੈਣਾ ਕਿਉਂਕਿ ਸਾਰੇ ਇੰਪੋਰਟੈਂਟ ਹੈਗੇ ਆ ਠੀਕ ਹੈ ਜੇ ਵੀਡੀਓ ਪਸੰਦ ਆਇਆ ਲਾਈਕ ਐਂਡ ਕਮੈਂਟ ਕਰਕੇ ਦੱਸਣਾ ਥੈਂਕਸ ਫॉर ਵਾਚਿੰਗ ਦ ਵੀਡੀਓ